ਇਹਦੇ ਵਿੱਚ ਇਸ ਤਰ੍ਹਾਂ ਹੈ ਜੀ ਵੀ ਅਸੀਂ ਤੁਹਾਨੂੰ ਜਿਹੜਾ ਹੈ ਇਹਦੇ ਕੋਲੋਂ ਹੋਟਲ ਡੀ ਐੱਸ ਜਿਹੜਾ ਉਹ ਲੀਜ਼ 'ਤੇ ਲਿਆ ਸੀ 11 ਮਹੀਨਿਆਂ ਦੀ, ਅਤੇ 2,60,000 ਰੁਪਇਆ ਮਹੀਨੇ ਦਾ ਜਿਹੜਾ ਕਿਰਾਇਆ ਤੈਅ ਹੋਇਆ ਸੀ, ਅਤੇ ਅਸੀਂ ਇਹਨੂੰ ਬਤੌਰ ਸਿਕਿਉਰਿਟੀ 7,80,000 ਰੁਪਇਆ ਦਿੱਤਾ ਸੀ। ਜਦੋਂ ਅਸੀਂ ਇਹ ਲਿਆ ਤਾਂ ਮੁੜ ਕੇ ਉਹਦੇ ਵਿੱਚ ਏਸੀ 8 ਕਮਰਿਆਂ 'ਚ ਹੈਗੇ ਸੀ, ਅਸੀਂ ਇਹਨੂੰ ਕਿਹਾ ਵੀ ਸਾਰੇ ਕਮਰਿਆਂ 'ਚ ਏਸੀ ਨਹੀਂ ਹੈਗੇ। ਇਹਨੇ ਸਾਡੇ ਕੋਲ 4,00,000 ਰੁਪਇਆ ਹੋਰ ਲੈ ਕੇ ਅਤੇ ਏਸੀ ਲਵਾਉਣੇ ਨੇ, ਤਾਂ ਕਿ ਉਹ ਅੱਧਾ ਕੁ ਕੰਮ ਕੀਤਾ ਉਹ ਵੀ ਪੈਸੇ ਖਾ ਗਿਆ। ਚਲੋ ਅਸੀਂ ਜਿਸ ਤਰ੍ਹਾਂ ਕਿਤੇ ਹੋਟਲ ਚਲਾਉਣਾ ਸ਼ੁਰੂ ਕੀਤਾ ਸੀ, ਚਲਾਉਂਦੇ ਗਏ, ਅਤੇ 20 ਮਾਰਚ ਨੂੰ ਜਦੋਂ ਲੋਕਡਾਊਨ ਲੱਗਾ ਅਤੇ ਉਸ ਤੋਂ ਬਾਅਦ ਵੀ ਅਸੀਂ ਉਹਦਾ ਬਿਜਲੀ ਦਾ ਬਿੱਲ ਜਿਹੜੇ ਵੀ ਉਹ ਇੰਪਲੋਈ ਹੈਗੇ ਸੀ ਉਹਨਾਂ ਦੀਆਂ ਤਨਖਾਹਾਂ ਵਗੈਰਾ ਭਰੀਆਂ, ਸਾਰੇ ਖਰਚੇ ਝੱਲੇ। ਜਦੋਂ ਖੁੱਲ੍ਹਿਆ ਤਾਂ ਮਾਰਕੀਟ ਦੇ ਵਿੱਚ ਇਹ ਹੋਇਆ ਵੀ ਸਾਰੇ ਮਾਲਕਾਂ ਨੇ ਕਿਰਾਏ ਅੱਧੇ ਕਰ ਦਿੱਤੇ, ਪਰ ਇਹ ਸੋਨੂੰ ਜਿਹੜਾ ਸੀ ਇਹਨੇ ਕੋਈ ਵੀ ਉਹ ਕਿਰਾਇਆ ਅੱਧਾ ਕਰਨਾ ਮਨਜ਼ੂਰ ਨਹੀਂ ਕੀਤਾ। ਇਹਨੇ ਸਾਨੂੰ ਕਿਹਾ ਵੀ ਤੁਸੀਂ ਇਸ ਤਰ੍ਹਾਂ ਕਰੋ, ਜੇ ਨਹੀਂ ਤਾਂ ਮੇਰਾ ਹੋਟਲ ਖਾਲੀ ਕਰ ਦਿਉ ਅਤੇ ਮੇਰੇ ਕੇ ਪੈਸੇ ਲੈ ਲਓ। ਇਹਨੇ ਸਾਡੇ ਕੋਲ ਹੋਟਲ ਵੀ ਖਾਲੀ ਕਰਾ ਲਿਆ ਹੈ, ਹੁਣ ਇਹ ਹੋਟਲ ਆਪ ਚਲਾ ਰਿਹਾ ਅਤੇ ਸਾਡੇ ਪੈਸੇ ਨਹੀਂ ਦਿੰਦਾ ਪਿਆ, ਅਤੇ ਸਾਨੂੰ ਹੁਣ ਪਤਾ ਲੱਗਾ ਵੀ ਇਹਨੇ ਹੋਰ ਵੀ ਬੜੀਆਂ ਠੱਗੀਆਂ ਮਾਰੀਆਂ ਨੇ। ਇੱਥੇ ਮੈਂ ਇੱਕ ਗੱਲ ਤੁਹਾਨੂੰ ਦੱਸਣੀ ਚਾਹਾਂਗਾ ਕਿ ਮਾਰਕੀਟ 'ਚ ਇਹਦਾ ਨਾਂ ਸੋਨੂੰ ਪਲੇਅਰ ਕਿਹਾ ਜਾਂਦਾ ਇਹਨੂੰ। ਅਸੀਂ ਸੋਚਦੇ ਸੀ ਵੀ ਸ਼ਾਇਦ ਇਹਨੇ ਕੋਈ ਹਾਕੀ ਜਾਂ ਫੁੱਟਬਾਲ ਕੋਈ ਖੇਡ ਖੇਡਦਾ ਹੈਗਾ ਜਿਹਦਾ ਇਹ ਪਲੇਅਰ ਹੋਏਗਾ। ਸਾਨੂੰ ਹੁਣ ਪਤਾ ਲੱਗਾ ਹੈ ਵੀ ਇਹ ਠੱਗੀਆਂ ਮਾਰਨ ਦਾ ਪਲੇਅਰ ਹੈ, ਇਹ ਠੱਗ ਸੋਨੂੰ ਪਲੇਅਰ ਇਹਦਾ ਅਸਲੀ ਪੂਰਾ ਨਾਂ ਹੈ। ਉਹਦੇ ਵਿੱਚ ਇਸ ਤਰ੍ਹਾਂ ਜੀ ਇਹਨੇ ਇਸ ਤੋਂ ਇਲਾਵਾ ਹੋਰ ਵੀ ਠੱਗੀਆਂ ਮਾਰੀਆਂ। ਇੱਥੇ ਜਲ੍ਹਿਆਂਵਾਲੇ ਬਾਗ ਦੇ ਲਾਗੇ ਇਹਨੇ ਇੱਕ ਰੈਸਟੋਰੈਂਟ ਬਣਾਇਆ, ਉਹਦੇ ਵਿੱਚ ਵੀ ਜਿਹੜੀ ਜ਼ਮੀਨ ਆ ਕਿਸੇ ਕੋਲੋਂ ਲੈ ਕੇ ਅਤੇ ਉਹਦੇ ਪੈਸੇ ਨਹੀਂ ਦਿੱਤੇ, ਉਹਦੀ ਵੀ ਠੱਗੀ ਮਾਰੀ ਆ ਇਹਨੇ। ਇਸ ਤੋਂ ਇਲਾਵਾ ਇੱਕ ਇਹਨੇ ਕੋਠੀ ਲਈ ਆ, ਉਹਦੇ ਵਿੱਚ ਵੀ ਇਹਨੇ ਅਗਲਿਆਂ ਨੂੰ ਠੱਗ ਕੇ ਅਤੇ ਰਜਿਸਟਰੀ ਆਪਣੇ ਨਾਂ 'ਤੇ ਕਰਾ ਲਈ, ਉਹਨਾਂ ਨੂੰ ਚੈੱਕ ਦਿੱਤੇ, ਉਹ ਚੈੱਕ ਬਾਊਂਸ ਹੋ ਗਏ। ਹੋਰ ਵੀ ਇਹਦੇ ਬਹੁਤ ਸਾਰੇ ਜਿਹੜੀਆਂ ਠੱਗੀਆਂ ਜਿਹੜੀਆਂ ਨੇ ਉਹ ਸਾਹਮਣੇ ਆ ਰਹੀਆਂ ਨੇ, ਅਤੇ ਇਸ ਕਰਕੇ ਅਸੀਂ ਹੁਣ ਕੋਸ਼ਿਸ਼ ਕਰ ਰਹੇ ਹਾਂ ਵੀ ਜਿੰਨਿਆਂ ਜਾਣਿਆਂ ਨਾਲ ਠੱਗੀ ਵੱਜੀ ਅਸੀਂ ਸਾਰੇ ਜਾਣੇ ਇਕੱਠੇ ਹੋ ਕੇ ਕਮਿਸ਼ਨਰ ਸਾਹਿਬ ਕੋਲ ਪੇਸ਼ ਹੋਈਏ, ਅਤੇ ਇਹ ਜਿਹੜਾ ਵਾ ਬੰਦਾ ਵਾ ਇਹਦੇ ਖਿਲਾਫ FIR ਦਰਜ ਕਰਾਈ ਜਾਵੇ। ਕਿਉਂਕਿ ਇਹ ਉਹ ਬੰਦਾ ਹੈ ਵੀ ਇਹ ਕਹਿੰਦਾ ਇਹਦੇ 'ਤੇ ਕਿਹਾ ਜਾਂਦਾ ਹੈ ਕਿ ਕੋਈ ਇਹੋ ਜਿਹਾ ਸਗਾ ਨਹੀਂ ਜਿਹਨੂੰ ਇਹਨੇ ਠੱਗਿਆ ਨਹੀਂ, ਇਹ ਇਹੋ ਜਿਹਾ ਠੱਗ ਹੈਗਾ ਹੈ। FIR ਉਹ ਉਸ ਮਾਮਲੇ ਦੀ ਰਜਿਸਟਰਡ ਆ, ਇਹਦਾ ਮਤਲਬ ਇਹ ਨਹੀਂ ਗਾ ਵੀ ਇੱਕ FIR ਉਹਦੇ 'ਤੇ ਹੋ ਗਈ ਆ ਅਤੇ ਬਾਕੀ ਹੋ ਨਹੀਂ ਸਕਦੀਆਂ। ਉਹਦੇ 'ਤੇ ਜਿੱਥੇ ਜਿੱਥੇ ਉਹਨੇ ਠੱਗੀ ਮਾਰੀ ਆ, ਇਕੱਲੀ ਇਕੱਲੀ FIR ਜਿਹੜੀ ਆ ਉਹ ਉਹਦੇ 'ਤੇ ਦਰਜ ਹੋਣੀ ਚਾਹੀਦੀ ਹੈ। ਸਰ ਮੈਂ ਮੇਰਾ ਪ੍ਰੋਪਰਟੀ ਦਾ ਕੰਮ ਹੈ ਜੀ, ਅਮਰਿੰਦਰ ਸਿੰਘ ਜੀ ਆਪਣੇ ਜਿਨ੍ਹਾਂ ਨੇ ਹੋਟਲ ਲੀਜ਼ 'ਤੇ ਲਿਖਾ ਸੀ, ਹਾਂਜੀ ਹਾਂਜੀ, ਅਤੇ ਇਹਨਾਂ ਦੇ ਇੱਕ ਪਾਰਟਨਰ ਹੋਰ ਸ਼ਮਸ਼ੇਰ ਜੀ, ਇਹਨਾਂ ਨੂੰ ਮੈਂ ਹੋਟਲ ਦਵਾਇਆ ਸੀ 7,80,000 ਰੁਪਇਆ, ਯਾਨੀ ਕਿ 2,60,000 ਰੁਪਇਆ ਮਹੀਨੇ ਦਾ ਰੈਂਟ ਟੂ ਪਲੱਸ ਵਨ ਸਕਿਉਰਟੀ, ਉਹਦੇ ਮੁਤਾਬਕ 7,80,000 ਦੇ ਵਿੱਚ ਇਹਨਾਂ ਨੂੰ ਮੇਰੇ ਸਾਹਮਣੇ ਇਹਨਾਂ ਨੇ ਪੇਮੈਂਟ ਦਿੱਤੀ, ਮੇਰੇ ਸਾਹਮਣੇ ਸਾਰਾ ਹੈ। ਉਸ ਤੋਂ ਬਾਅਦ ਜੇ ਕੋਈ ਇਹਨਾਂ ਨੇ ਕੁਛ ਦਿੱਤਾ ਲਿੱਤਾ ਉਹਨਾਂ ਨੂੰ, ਤਾਂ ਉਹਦਾ ਮੈਨੂੰ ਕੋਈ ਜਾਣਕਾਰੀ ਨਹੀਂ ਹੁੰਦੀ, ਠੀਕ ਹੈ, ਇਹਨਾਂ ਨੂੰ ਕੋਈ ਦਿੱਤਾ।